ਵੀਡੀਓ ਦੀ ਸਟਾਰਟਿੰਗ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਇਹ ਕੁਝ ਪ੍ਰੋਫਾਈਲਸ ਨੇ ਜਿੱਦਾਂ ਮੈਂ ਜਾਵਾ ਦੇ ਵਿੱਚ ਸਰਚ ਕਰਦਾ, ਸੋ ਇਹਨਾਂ ਦੀ ਅਰਨਿੰਗ ਕਿੰਨੀ ਹੈ, ਇਹ ਬੰਦੇ ਕਿੰਨਾ ਅਰਨ ਕਰ ਰਹੇ। ਜਿਵੇਂ ਲਾਈਕ ਮੈਂ ਇੱਕ ਇਹਨੂੰ ਦੇਖਦਾ ਅਤੇ ਇਹ ਬੰਦਾ ਜਰਮਨੀ ਦਾ, ਇਹਦਾ $40 ਆਰ ਦਾ ਰੇਟ ਆ, ਅਤੇ ਇੱਥੇ ਇਹਨੇ $25 $40 ਦੇ ਜੋਬ ਕੀਤੀ ਹੈ। ਪਾਕਿਸਤਾਨੀ ਹੈ, ਇਹਨੇ $50 ਪਰ ਆਰ ਦਾ ਰੇਟ ਦਿੱਤਾ ਹੋਇਆ। ਸੋ ਇਹਨੇ ਪ੍ਰੋਜੈਕਟ 350, 500, 300 ਇੱਦਾਂ ਕੀਤਾ ਹੋਇਆ, $35 'ਤੇ ਕੀਤਾ ਹੋਇਆ ਪ੍ਰੋਜੈਕਟ। ਸਪੇਨ ਦੇ ਆ, ਸਪੇਨ ਦੇ ਵੀ $90 ਪਰ ਆਰ ਲੈ ਰਹੇ ਨੇ ਜਿਹੜੇ ਔਨਲਾਈਨ ਕਰਕੇ ਲੈਂਦੇ ਨੇ ਕੰਮ। ਸੋ ਉਮਰ ਹੈ ਇਹ ਪਾਕਿਸਤਾਨ ਤੋਂ ਹੈ, $70 ਪਰ ਆਰ, ਔਰ ਇਹਨਾਂ ਦੀ ਜੋਬ ਦੀ ਅੱਛੀ ਪ੍ਰੋਫਾਈਲਸ ਨੇ। ਜਦੋਂ ਮੈਂ ਵਰਕ ਫਰੋਮ ਹੋਮ ਦੇ ਨਾਮ ਤੋਂ ਇੱਕ ਵੀਡੀਓ ਬਣਾਈ ਸੀ ਅਤੇ ਸਾਰਿਆਂ ਦਾ ਮੈਨੂੰ ਇੱਕ ਸਵਾਲ ਸੀ ਕਿ ਜੇ ਵਰਕ ਫਰੋਮ ਹੋਮ ਹੁੰਦਾ ਕਿਵੇਂ ਹੈ। ਅਸਲ 'ਚ ਤੁਸੀਂ ਇਹ ਤਾਂ ਦੱਸਤਾ ਕਿ ਅਵੇਅਰ ਕਰਤਾ ਕਿ ਕਿਸ ਤਰੀਕੇ ਨਾਲ ਲੋਕ ਫਰੋਡ ਕਰਦੇ ਆ, ਬਟ ਰਿਐਲਿਟੀ ਦੇ ਵਿੱਚ ਕਿਵੇਂ ਹੁੰਦਾ। ਸੋ ਇਸ ਵੀਡੀਓ ਦੇ ਵਿੱਚ ਮੈਂ ਇਹ ਚੀਜ਼ਾਂ ਕਵਰ ਕਰਾਂਗਾ ਕਿ ਅਪਵਰਕ ਦੇ ਉੱਤੇ ਕਿੱਦਾਂ ਅਪਵਰਕ ਦਾ ਸਿਸਟਮ ਵਰਕ ਕਰਦਾ, ਕਿਵੇਂ ਪੀਪਲ ਪਰ ਆਰ ਦਾ ਸਿਸਟਮ ਵਰਕ ਕਰਦਾ। ਇਹ ਉਹ ਵੈਬਸਾਈਟਾਂ ਨੇ ਜਿਨ੍ਹਾਂ ਦੇ ਉੱਤੇ ਔਨਲਾਈਨ IT ਦਾ ਵਰਕ ਹੁੰਦਾ, ਅਤੇ ਮੈਂ ਤੁਹਾਨੂੰ ਕਹਿੰਦੇ 'ਚ ਪ੍ਰੋਸੈਸ ਵੀ ਦਿਖਾਵਾਂਗਾ ਕਿ ਕਿਸ ਤਰੀਕੇ ਨਾਲ ਮੈਂ ਆਪਣੇ ਕਲਾਇੰਟ ਦਾ ਪ੍ਰੋਜੈਕਟ 'ਤੇ ਬਿਡ ਕੀਤੀ, ਉਹਦਾ ਪ੍ਰੋਜੈਕਟ ਆਇਆ, ਫਿਰ ਉਸ ਤੋਂ ਬਾਅਦ ਮੈਂ ਕੰਪਲੀਟ ਕੀਤਾ ਅਤੇ ਫਾਈਨਲ ਪੇਮੈਂਟ ਆਈ। ਅਤੇ ਇਹ ਪ੍ਰੋਸੈਸ ਦੇ ਨਾਲ ਨਾਲ ਮੈਂ ਤੁਹਾਨੂੰ ਇਹਦੇ 'ਚ ਇੱਕ ਟਿਪਸ ਵੀ ਦੇਵਾਂਗਾ ਕਿ ਕੌਣ ਕੌਣ ਬੰਦੇ ਨੇ ਜਿਹੜੇ ਇਹਦੇ ਵਿੱਚ ਵਰਕ ਕਰ ਸਕਦੇ ਨੇ, ਕਿਹੜੇ ਨਹੀਂ ਕਰ ਸਕਦੇ, ਜੇ ਕਰ ਸਕਦੇ ਤਾਂ ਕਿਵੇਂ ਕਰ ਸਕਦੇ ਹਾਂ। ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਦੇਖਿਓ ਤਾਂ ਤੁਹਾਨੂੰ ਪ੍ਰੋਪਰਲੀ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਸਿਸਟਮ ਵਰਕ ਕਰਦੇ ਆ, ਕਿਵੇਂ ਉਹ ਪ੍ਰੋਸੈਸ ਹੁੰਦਾ, ਕਿਵੇਂ ਉਹ ਫਲੋ ਹੁੰਦਾ, ਕੌਣ ਉਹ ਕਰ ਸਕਦੇ ਨੇ। ਸੋ ਵੀਡੀਓ ਨੂੰ ਆਪਾਂ ਕਰਦੇ ਹਾਂ ਸਟਾਰਟ। ਸੋ ਸਟਾਰਟ ਕਰਦੇ ਹਾਂ ਆਪਾਂ ਅਪਵਰਕ ਤੋਂ ਕਿ ਅਪਵਰਕ ਦੇ ਉੱਤੇ ਆਪਾਂ ਬਰਾਊਜ਼ ਕਿੱਦਾਂ ਕਰਦੇ ਹਾਂ ਜੋਬ, ਜਿੱਦਾਂ ਆਪਣੀ ਪ੍ਰੋਫਾਈਲ ਬਣੀ ਹੈ, ਜਿੱਦਾਂ ਲਾਈਕ ਮੈਂ ਆਪਣੇ ਅਕਾਊਂਟ ਤੋਂ ਦਿਖਾਉਂਦਾ ਮੈਨੂੰ ਕਿੱਦਾਂ ਜੋਬਸ ਆਉਂਦੀਆਂ, ਆਪਾਂ ਕਿਸ ਤਰੀਕੇ ਨਾਲ ਬਿਡ ਕਰਦੇ ਹਾਂ, ਕਿਵੇਂ ਉਹ ਸਿਸਟਮ ਵਰਕ ਕਰਦਾ ਹੈ, ਕਿਵੇਂ ਆਪਾਂ ਕਲਾਇੰਟ ਨੂੰ ਬਜਟ ਦਿੰਦੇ ਹਾਂ, ਕਲਾਇੰਟ ਨੂੰ ਬਜਟ ਦੇ ਕੇ ਫਿਰ ਉਸ ਤੋਂ ਬਾਅਦ ਉੱਤੋਂ ਜੋਬ 'ਤੇ ਹਾਇਰ ਹੁੰਦੇ ਹਾਂ, ਇਹ ਸਾਰਾ ਪ੍ਰੋਸੈਸ ਦਿਖਾਉਣਾ। ਇੱਕ ਤਾਂ ਹੁੰਦਾ ਕਿ ਅਸੀਂ ਖੁਦ ਅਪਲਾਈ ਕਰਦੇ ਹਾਂ ਜੋਬਸ, ਇੱਕ ਹੁੰਦਾ ਕਿ ਸਾਨੂੰ ਕਲਾਇੰਟ ਜਿਹੜੇ ਬੰਦਿਆਂ ਨੂੰ ਉਹ ਅਲੱਗ ਤੋਂ ਟੋਪ ਰੇਟਿਡ ਬਣਾ ਦਿੰਦੇ ਆ ਜਾਂ ਟੋਪ ਰੇਟਿਡ ਪਲੱਸ ਬਣਾ ਦਿੰਦੇ ਆ, ਉਹਨਾਂ ਨੂੰ ਇਨਵੀਟੇਸ਼ਨ ਵੀ ਆਉਂਦੇ ਨੇ ਅਪਵਰਕ ਦੇ ਉੱਤੇ। ਸੋ ਇਨਵੀਟੇਸ਼ਨ ਵੀ ਆਇਆ ਹੋਇਆ ਸੀ, ਮੈਂ ਤੁਹਾਨੂੰ ਉਹ ਵੀ ਨਾਲ ਦੀ ਨਾਲ ਸ਼ੇਅਰ ਕਰਾਂਗਾ, ਦਿਖਾਵਾਂਗਾ ਕਿ ਕਿਸ ਤਰੀਕੇ ਨਾਲ ਕਲਾਇੰਟ ਨੇ ਉਹਦੇ 'ਚ ਡਿਟੇਲਸ ਲਿਖੀਆਂ ਹੋਈਆਂ ਸੀਗੀਆਂ। ਸੋ ਆਪਾਂ ਸਟਾਰਟ ਕਰਦੇ ਹਾਂ। ਜਿਵੇਂ ਅਪਵਰਕ ਦੀ ਇਹ ਪ੍ਰੋਫਾਈਲ ਹੈ, ਲੋਗਿਨ ਕਰਕੇ ਮੈਂ ਇੱਥੇ ਆ ਜਾਂਦਾ, ਅਤੇ ਇਹਦੇ 'ਚ ਕੀ ਹੈ ਕਿ ਇਹਦੇ 'ਚ ਤਾਂ ਇੱਕ ਸਭ ਤੋਂ ਪਹਿਲਾਂ ਨਾ ਕਨੈਕਟ ਸਿਸਟਮ ਵਰਕ ਕਰਦਾ ਹੁੰਦਾ, ਜਿੱਦਾਂ ਇਹਦੇ 'ਚ ਕੀ ਹੁੰਦਾ ਕਿ ਇੱਥੇ ਅਵੇਲੇਬਲ ਕਨੈਕਟ ਆ ਰਿਹਾ, ਜਿੱਦਾਂ ਮੇਰੇ ਕੋਲ 109, ਠੀਕ ਹੈ। ਅਤੇ ਇਹ ਵੈਸੇ ਜਿਹੜੇ ਟੋਪ ਰੇਟਿਡ ਹੁੰਦੇ ਆ ਉਹਨਾਂ ਨੂੰ ਮੰਥਲੀ ਅਲੱਗ ਤੋਂ ਮਿਲਦੇ ਰਹਿੰਦੇ ਆ, ਅਤੇ ਜਿੱਦਾਂ 10 ਪਰ ਮੰਥ ਅਗਰ ਸਾਡੀ ਬਿਡ ਅਸੈਪਟ ਹੁੰਦੀ ਆ ਉਹਦੇ ਅਲੱਗ ਤੋਂ ਸਾਨੂੰ ਮਿਲਦੇ ਆ, ਅਤੇ ਮੈਂ ਇੱਥੇ ਫ੍ਰੀ ਮੈਂਬਰਸ਼ਿਪ ਇਹਦੀ ਯੂਜ਼ ਕਰ ਰਿਹਾ। ਸੋ ਬੈਕ ਆਉਂਦੇ ਹਾਂ ਵਾਪਸ, ਅਤੇ ਇੱਦਾਂ ਜੋਬਸ ਸ਼ੋ ਹੁੰਦੀਆਂ ਨੇ ਇਹਦੇ ਅੰਦਰ। ਸੋ ਜਿੱਦਾਂ ਹੁਣ ਮੈਂ ਦੇਖਦਾ ਜਿਹੜੀ ਲੇਟੈਸਟ ਜੋਬਸ ਕੀ ਆਈਆਂ, ਜੋਬ ਹੈ ਲੋਗੋ ਫੋਰ ਡਿਜ਼ਾਈਨ ਅ ਨਿਊ ਸਟਾਰਟਅਪ। ਸੋ ਇਹਦੇ 'ਤੇ ਇਹ ਡਿਸਕ੍ਰਿਪਸ਼ਨ ਹੈ, ਇਹ ਨੀਚੇ ਇਹਨਾਂ ਦੇ ਪ੍ਰਪੋਜ਼ਲ ਕਿੰਨੇ ਆਏ ਹੋਏ ਨੇ, 10 to 15 ਪ੍ਰਪੋਜ਼ਲ ਆਏ ਹੋਏ ਨੇ। ਇੰਟਰਵਿਊ ਹਾਲੇ ਇਹ ਕਿਸੇ ਨੂੰ ਕਰ ਨਹੀਂ ਰਿਹਾ, ਲਾਸਟ ਨੇ 2 ਮਿੰਟ ਪਹਿਲਾਂ ਦੇਖਿਆ ਇਨਵਾਈਟ, ਇਹ ਕਿਸੇ ਜਿਹੜੇ ਲੋਕਾਂ ਨੂੰ ਇਨਵਾਈਟ ਕੀਤਾ ਇਸ ਜੋਬ ਲਈ ਕਿ ਤੁਸੀਂ ਆਓ, ਜਿੱਦਾਂ ਮੈਨੂੰ ਵੀ ਹੁਣ ਇਨਵੀਟੇਸ਼ਨ ਆਇਆ, ਮੈਂ ਇਹ ਤੁਹਾਨੂੰ ਅੱਗੇ ਦਿਖਾਉਣਾ। ਸੋ ਇੱਦਾਂ ਇਹਨੇ ਇਨਵਾਈਟ ਕੀਤਾ 2 ਜਣਿਆਂ ਨੂੰ, ਤਾਂ ਆਲਰੇਡੀ ਦੇਖੋ ਇਹਨੇ ਕ੍ਰੀਏਟ ਐਂਡਰੋਇਡ ਐਪ ਫੋਰ ਬਿਜ਼ਨਸ, ਇਹਨੇ ਪਹਿਲਾਂ ਇੱਕ ਐਪ ਬਣਵਾਈ ਹੈ ਉਹਦਾ $1000 ਪੇ ਕੀਤਾ, ਅਤੇ ਇਹ ਸਾਰਾ ਕੁਝ ਇਹ ਇੱਕ ਪ੍ਰੋਸੈਸ ਹੈ ਜਿਹੜਾ ਫੋਲੋ ਕਰਨਾ ਪੈਂਦਾ। ਹੁਣ ਲਾਈਕ ਇੱਥੇ ਤੁਹਾਨੂੰ ਮੈਂ ਦਿਖਾਉਣਾ ਬਿਡ ਕਿਵੇਂ ਲਗਾਉਂਦੇ ਆ, ਸਬਮਿਟ 'ਤੇ ਕਲਿੱਕ ਕਰਦੇ ਹਾਂ ਪ੍ਰਪੋਜ਼ਲ 'ਤੇ। ਸੋ ਸਬਮਿਟ 'ਤੇ ਕਲਿੱਕ ਕਰਦੇ ਆ, ਅਤੇ ਇੱਥੇ ਇਹਨਾਂ ਨੇ ਲਿਖਿਆ ਕਿ ਇਹ ਜਿਹੜਾ ਪ੍ਰਪੋਜ਼ਲ ਹੈ ਇੱਕ ਕਨੈਕਟ ਰਿਕੁਆਇਰਡ ਹੈ ਇਹਦੇ ਲਈ। ਸੋ 108 ਮੇਰੇ ਕੋਲ ਰਿਮੇਨਿੰਗ ਰਹਿ ਜਾਣਗੇ, ਉਸ ਤੋਂ ਬਾਅਦ ਮੈਂ ਕਿੰਨੇ 'ਤੇ ਲਗਾਉਣਾ। ਜਿਵੇਂ ਲਾਈਕ ਮੈਂ $15 ਰੱਖਿਆ ਹੋਇਆ, ਮੈਂ 15 'ਤੇ ਲਗਾਉਣਾ। ਇੱਥੇ ਮੈਂ ਪ੍ਰਪੋਜ਼ਲ ਆਪਣਾ ਲਿਖ ਦਿੰਦਾ, ਲਾਈਕ ਜਿਹੜੀ ਜਿਹੜੀ ਡਿਟੇਲਾਂ ਨੇ ਉਹਦੀਆਂ, ਕਿ ਮੈਂ ਇਹ ਇਹ ਕੰਮ ਕੀਤਾ, ਹੈਲੋ ਆਪਣੇ ਗ੍ਰੀਟਿੰਗਸ ਤੋਂ ਸਟਾਰਟ ਕਰਕੇ ਗ੍ਰੀਟਿੰਗਸ ਤੋਂ, ਅਤੇ ਮੈਂ ਇਹ ਇਹ ਚੀਜ਼ਾਂ ਕੀਤੀਆਂ ਨੇ ਪਹਿਲਾਂ ਪ੍ਰੀਵੀਅਸਲੀ ਆਪਣੀਆਂ ਜੋਬ ਦੇ ਅੰਦਰ, ਸਾਰੀ ਆਪਣੀ ਡਿਟੇਲ ਪਾ ਕੇ ਨਾਲ ਦੀ ਨਾਲ ਉਹਨੂੰ ਇਹ ਦੱਸ ਦੇਣਾ ਕਿ ਮੈਂ ਇਹ ਇਹ ਕੰਮ ਕੀਤੇ ਨੇ, ਉਹ ਤੁਹਾਡੇ ਆਪਣੇ ਲਿੰਕਸ ਦੇ ਦਿਓ ਜਿਹੜੇ ਲੋਗੋ ਦੇ ਬਣਾਏ ਹੋਏ ਨੇ। ਜਿੱਦਾਂ ਮੈਂ ਤੁਹਾਨੂੰ ਇੱਕ ਵੀਡੀਓ ਲਈ ਸੈਪਰੇਟਲੀ ਕਰ ਰਹਾਂਗਾ ਕਿ ਪੋਰਟਫੋਲੀਓਜ਼ ਕਿਵੇਂ ਬਣਾਉਂਦੇ ਨੇ, ਅਤੇ ਇੱਥੇ ਇਹ ਕੀ ਹੈ ਕਿ ਜੇ ਤੁਸੀਂ ਬੂਸਟ ਕਰਨਾ, ਮਤਲਬ ਇੱਦਾਂ ਹੈ ਕਿ ਜੇ ਅਸੀਂ ਇੱਥੇ ਕਨੈਕਟ ਵੱਧ ਲਾ ਦਿੰਦੇ ਹਾਂ ਬਿਡ ਮਾਰਨ ਲੱਗੇ, ਉਹ ਫਿਰ ਉਹਨਾਂ ਪ੍ਰਿਓਰਟੀ 'ਤੇ ਜਦੋਂ ਉਹ ਬੰਦਾ ਓਪਨ ਕਰੇਗਾ ਸਭ ਤੋਂ ਪਹਿਲਾਂ ਉਹ ਉੱਪਰ ਉਹ ਦਿਖਣਗੇ ਜਿਨ੍ਹਾਂ ਨੇ ਬਿਡ ਵੱਧ ਲਾਈ ਹੋਈ ਆ। ਇਹਨਾਂ ਨੇ ਵੈਸੇ ਹੁਣੀ ਹਫ਼ਤਾ ਕੁ ਹੋਇਆ ਜਿਹੜਾ ਸਟਾਰਟ ਕੀਤਾ ਇਹਨਾਂ ਨੇ ਇਹ ਵਾਲਾ ਸਿਸਟਮ ਜਿਹੜਾ ਬੂਸਟ ਵਾਲਾ। ਵੈਸੇ ਉਹਦੇ 'ਚ ਪਹਿਲਾਂ ਕੀ ਹੁੰਦਾ ਸੀ, ਜਿਹੜੇ ਟੋਪ ਰੇਟਿਡ ਨੇ ਉੱਤੇ ਦਿਖਦੇ ਸੀਗੇ, ਪਹਿਲਾਂ ਪਲੱਸ ਵਾਲੇ, ਫਿਰ ਟੋਪ ਰੇਟਿਡ, ਫਿਰ ਨੋਰਮਲ, ਫਿਰ ਰਾਈਜ਼ਿੰਗ ਟੈਲੈਂਟ, ਫਿਰ ਥੱਲੇ ਨੋਰਮਲ, ਇੱਦਾਂ ਇਹ ਹੁੰਦਾ। ਸੋ ਜਦੋਂ ਮੈਂ ਇੱਥੇ ਪ੍ਰਪੋਜ਼ਲ ਲਿਖ ਕੇ ਮੈਂ ਇੱਥੇ ਕਨੈਕਟ ਦੱਬ ਦੇਣਾ, ਉਹ ਆਟੋਮੈਟਿਕਲੀ ਉਹ ਉੱਧਰ ਚਲਾ ਜਾਂਦਾ। ਸੋ ਇੱਕ ਚੀਜ਼ ਜਿਹੜੀ ਹੁਣ ਨੈਕਸਟ ਹੈ ਕਿ
मैं क्लाइंट एक प्रोसैस दिखाना जिमें मेरे को क्लाइंट आया, ठीक है, मैं तुम्हें जॉब दिखाना कि किस तरीके मैं वो प्रोजेक्ट किया। एक मैं जॉब दिखाना जी मैं 19 डेज पहला की आ, तो जॉब के दिखाना एक जॉब आई तो जिते इन्हें लिखा सी कि मैं वैबसाइट के उत्ते वर्क करवाना, तो मेरा बजट 12 तो लेके $25 के बीच है। तो इन्हें लिखा सी कि अपना प्रीवियसली जेडे एक्सपीरियंस ने अपने प्रोजेक्ट ने उदे विच मैं अपना वो प्रोजेक्ट नू पाया ते उनू क्लाइंट नू सेंड किया प्रपोजल। तो क्लाइंट का फिर मैं उस तो बाद तुसी ये देख सकते हो कि 20 तो 50 प्रपोजल गए तो उन्हें फिर मैं हायर किया, जो हायर वन आ रहा वह मैं हायर किया। सो इदा कि जोड़ा प्रोजेक्ट आया तो वह मैं बिड किया, मैं बिड $14 से आर्ली किया। तो कई बार इदा होंगे कि घंटे की जॉब होंगी है, कई जो लोंग टर्म जॉब होंगे, ये डिपेंड करता कि तुहाडा प्रोजेक्ट किवें दा। जिवें एक शॉर्ट टर्म जॉब सी, मतलब जस्ट उसकी वैबसाइट पर जाना, तो वैबसाइट के उत्ते जाके उसके उत्ते जिहड़ियां इमेजिस ने उन्होंने रिप्लेस करना सीगा थोड़ी जिवें बैकग्राउंड दे के, तो इदा की जॉब सी। सो मैं हाइड तो किया हो क्योंकि क्लाइंट फिर इतराज करते हैं अपनी डिटेल्स तो कि साड़ी डिटेल्स किसी ना शेयर नहीं करनी है। तो फिर उस तो बाद हूँ तो मैं ये लिखा रहा दिस ऑफर इज़ नॉट अवेलेबल एनीवेयर, क्योंकि मैं ये ऑलरेडी एक्सैप्ट कर चुके हैं। तो जो एक्सैप्ट कर लेंगे फिर उस तो बाद लिखा हूँ इदा कि जोड़ा एक पैनल है माई जॉब्स वाला, तो वो मैं जॉब कंप्लीट करती तो उस तो बाद मैं फीडबैक दे के चले गए, ठीक है। तो उस तो बाद जोड़ा एक मैं अगली चीज़ दसदा तो कि जदों जॉब्स तो हायर हो जाता है बंदा उस तो बाद जॉब्स इतने दिखन लग जाए, जिमें आ एक जॉब दिख रही है, दो तीन चार ये दिख रही हैं, ठीक है। तो हूँ ये एक बटन है इतने सबमिट वाला, तो ए जो आप काम कंप्लीट करता है तो सबमिट दब देना। जी आर्ली जॉब्स ने एक अपवर्क का एक मीटर मिलता, जिमें अपवर्क टाइमर करके वो जस्ट ऑन करना होंगे, जिनी देर काम करना होंगे वो तो वीकली जिन्हें पैसे बन रहे हैं वो कैलकुलेट करके तो वो दे देने। सो नैक्सट जोड़ा होंगे है कि उस तो बाद मैं तुम दिखाना जो वो अंदर असी डिटेलों के जाने अगे जो जो सा क्लाइंट प्रपोजल अक्सैप्ट कर लेना, जिदा पहला दिखाया सी उत्थे तुहाडियां जॉब्स आ गईयां जो असी सबमिट किया तो उन्हें उस तो बाद अक्सैप्ट कर लेना। फिर ये एक पैनल होंगे जितों तुहाडियां पेमेंट्स वर्क कर दियां ने। हुण इत्थे ये चार चीज़ों के डिवाइड किया हुआ, वर्क इन प्रोसैस, इन रिव्यू, पेंडिंग, अवेलेबल। वर्क इन प्रोसैस का की सीन होंगे कि जो कोई क्लाइंट प्रोजेक्ट नूं देंदा है तो वर्क इन प्रोसैस च आ जाता जो तुसी हायर हो जाते हो। उस तो बाद जो तुम सबमिट दब दो, जिदा मैं हूँ पहला दिखाया कि सबमिट पर क्लिक किया तो उस तो बाद रिव्यू चला जाता, क्लाइंट फिर रिव्यू करता है कि मेरा काम सही किया है या नहीं किया। हूँ उस तो अगे आ गया पेंडिंग, पेंडिंग तो बाद जो इन्हें कंप्लीट करना है इतों की रिव्यू भी कर लिया एक्सैप्ट हो गया, उस तो बाद अपवर्क थोड़े दिन अपने अंडर रखता पेमेंट। फिर जिम्मे 7 डेज़ या 5 डेज़ बाद जो एक टाइम होंगे उस तो बाद रिलीज़ करके अवेलेबल के फंडस दे देता, उत्थे सारिया लास्ट ट्रांजैक्शन आ जाएँ। ये सारा एक सिस्टम है। उस तो बाद जो अवेलेबल जिदा $500 हो गया, 600 हो गया, 200 हो गया, जिन्ना भी तुम करना चाहते हो गैट पेड पर क्लिक कर दो तो अकाउंट तो ऑटोमैटिकली अकाउंट के ट्रांसफर हो जाता विद इन 3-4 डेज़ लग गया वर्किंग डेज, तो ऑटोमैटिकली ट्रांसफर हो जाएगा। सेम एज इट इज़ जिम्मे देख रहे हो वैबसाइट PPH के भी इदा होंगे, जिमें मैं इनविटेशन आए हुए हैं तुम ये सर्च कर सकते हैं, सर्च फॉर प्रोजेक्ट्स करते हैं आप, ठीक है। इतने इतने हर तरह का प्रोजेक्ट आ रहा है। वैसे आ लिखे ना सिंपल वर्डप्रेस वैबसाइट 2 वीक्स, तो इन्हें बजट दिता हुआ 340 बजट दिता हुआ। लुकिंग टू गैट अ वर्डप्रेस वैबसाइट मेड, आई हैव ऑलरेडी परचेज डोमेन, मेरे को डोमेन हैगा, तो इनू 2 पेजा की वैबसाइट चाहिए आ, तो एक क्लाइंट का नाम है, तो ये भी सेम इदा होंगे। इतने असी 200 GB पिच करते हैं, तो इन्होंने लिखे कि तुसी घट कर रहे हो बिड, घट्टो घट उपर करो बिड, आप करते हैं लाइक 280 करते हैं, तो 280 चो सानू 182 मिलणगे। तो डिपोजिट ये होंगे कि जो क्लाइंट आएगा तो क्लाइंट नू किन्ने पैसे पहले डिपोजिट कराने हैं, ताकि तुसी सेफ रहो कि जे मान लो मेरा नुकसान भी होंगे तो घट्टो घट इन्ने पैसे वो क्लाइंट के डिपोजिट PPH कोल होणगे। लाइक मैं 40 लिख दिना, तो इतने बस मैं इतने प्रपोजल लिखना अपना कि मैं वैबसाइट्स कीतियां ने, इतने सेंड क्लिक करना तो ऑटोमैटिकली प्रपोजल चल जाएगा। हुण जे उन्हों प्रपोजल साडा ठीक लगा तो सानू इतने रिप्लाई करेगा, मैं ऑलरेडी भी ये जॉब कीतियां हुई ने,
ਮੈਂ ਇਹਦੇ 'ਤੇ ਕੋਈ ਜ਼ਿਆਦਾ ਕੰਮ ਨਹੀਂ ਕੀਤਾ ਹੋਇਆ, ਥੋੜ੍ਹਾ ਕੰਮ ਕੀਤਾ ਕਿਉਂਕਿ ਮੇਨ ਅਸੀਂ ਅਪਵਰਕ 'ਤੇ ਕਰ ਰਹੇ ਹਾਂ, ਡਾਇਰੈਕਟ ਕਲਾਇੰਟ ਵੀ ਤੁਹਾਡੇ ਹੋ ਜਾਂਦੇ ਆ। ਅਤੇ ਜਿਹੜੇ ਇਹ ਪ੍ਰੋਜੈਕਟ ਕੀਤੇ 2018 'ਚ, ਇਹਦੇ 'ਤੇ ਮੈਂ ਜੋਬ ਕੀਤੀ ਸੀ, ਅਤੇ ਇਹਦੇ 'ਤੇ ਇਹ ਵੀ 2018 'ਚ ਕੀਤੀ ਹੋਈਆਂ ਜੋਬਸ ਨੇ, ਅਤੇ ਇਹਦੇ 'ਤੇ ਮੈਨੂੰ ਇਹ ਫੀਡਬੈਕ ਮਿਲਿਆ ਸੀ, ਪਹਿਲਾ ਫੀਡਬੈਕ ਸੀ ਮੇਰਾ ਇਹ। ਸੋ ਇਹ ਇੱਦਾਂ PPH ਦਾ ਵੀ ਵਰਕ ਕਰਦਾ ਸਿਸਟਮ, ਇਸ ਤਰੀਕੇ ਨਾਲ ਇਹ ਸਿਸਟਮ ਵਰਕ ਕਰਦਾ। ਹੁਣ ਮੈਂ ਤੁਹਾਨੂੰ ਦੋਨੋਂ ਸਿਸਟਮ ਦੱਸ ਦਿੰਦੀ, ਜਿਹੜਾ ਅਪਵਰਕ ਦਾ ਸਿਸਟਮ ਕਿਵੇਂ ਵਰਕ ਕਰਦਾ ਅਤੇ PPH ਦਾ। ਅਤੇ ਇਹ ਦੋ ਹੀ ਸਿਸਟਮ ਮੈਂ ਮੇਨਲੀ ਯੂਜ਼ ਕੀਤੇ ਆ, ਅਤੇ ਮੇਨ ਹੈ ਕਿ ਤੁਸੀਂ 10 ਪਲੇਟਫਾਰਮ 'ਤੇ ਜਾਣ ਦੀ ਥਾਂ ਇੱਕ 'ਤੇ ਪ੍ਰੋਪਰ ਫੋਕਸ ਕਰੋ, ਉਹਦੇ 'ਤੇ ਵਰਕ ਕਰੋ, ਤਾਂ ਤੁਹਾਨੂੰ ਉਹਦੇ 'ਚ ਸਕਸੈਸ ਮਿਲੂਗੀ। ਅਤੇ ਇੱਕ ਸਵਾਲ ਹੋਰ ਸੀਗਾ ਕਿ ਜਿਹੜੀ ਪੇਮੈਂਟਸ ਹੁੰਦੀਆਂ ਇੱਥੇ ਰਿਸਕ ਵੀ ਹੁੰਦਾ, ਤਾਂ ਬਿਲਕੁਲ। ਅਪਵਰਕ ਇੱਕ ਇੰਟਰਨੈਸ਼ਨਲ ਬ੍ਰਾਂਡ ਹੈ, ਫ੍ਰੀਲਾਂਸਰ ਇੱਕ ਇੰਟਰਨੈਸ਼ਨਲ ਬ੍ਰਾਂਡ ਹੈ, ਇੱਥੇ ਇੱਥੇ ਬੈਸਟ ਕਲਾਇੰਟ, ਵੱਡੇ ਵੱਡੇ ਕਲਾਇੰਟ ਵੀ ਇਹਦੇ ਉੱਤੇ ਆਉਂਦੇ ਨੇ ਜਿਹੜੇ ਫ੍ਰੀਲਾਂਸਰਸ ਨੂੰ ਹਾਇਰ ਕਰਦੇ ਨੇ। ਸੋ ਇੱਥੇ ਚਾਂਸ ਹੀ ਨਹੀਂ ਕੋਈ ਤੁਹਾਡੇ ਨਾਲ ਕੋਈ ਇੱਥੇ ਫਰੋਡ ਕਰੇ। ਹਾਂ, ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਕਿ ਤੁਸੀਂ ਕਲਾਇੰਟ ਤੁਹਾਨੂੰ ਕਹੂਗਾ ਜਦੋਂ ਮੈਸੇਜ ਦੇ ਵਿੱਚ ਆਊਗਾ ਕਿ ਆਪਾਂ ਆਊਟਸਾਈਡ ਚੱਲੀਏ, ਤੁਸੀਂ ਆਊਟਸਾਈਡ ਨਹੀਂ ਜਾਣਾ, ਤੁਸੀਂ ਅਪਵਰਕ ਦੇ ਉੱਤੇ ਹੀ ਰਹਿਣਾ। ਜੇ ਤੁਸੀਂ ਅਪਵਰਕ ਦੇ ਉੱਤੇ ਰਹਿੰਦੇ ਹੋ ਤਾਂ ਤੁਹਾਡੇ ਨਾਲ ਕਿੱਦਾਂ ਹੁੰਦਾ ਕਿ ਕਲਾਇੰਟ ਤੁਹਾਡੇ ਨਾਲ ਕੋਈ ਵੀ ਫਰੋਡ ਕਰਦਾ, ਅਪਵਰਕ ਤੁਹਾਡੇ ਨਾਲ ਖੜੇਗੀ। ਜਿੱਦਾਂ ਮੇਰਾ ਇੱਕ ਦੋ ਵਾਰੀ ਇੱਦਾਂ ਇਸ਼ੂ ਹੋਇਆ, 4 ਸਾਲਾਂ 'ਚ ਕੋਈ ਨਾ ਕੋਈ ਹੁੰਦਾ ਕਿ ਕਲਾਇੰਟ ਡਿਨਾਏ ਕਰਦਾ ਸੀ ਪੇਮੈਂਟ ਦੇਣ ਤੋਂ, ਅਤੇ ਮੈਂ ਟਿਕਟ ਰੇਜ਼ ਕਰਤੀ। ਟਿਕਟ ਰੇਜ਼ ਕਰਕੇ ਮੈਂ ਅਪਵਰਕ ਦੀ ਟੀਮ ਨੂੰ ਕਿਹਾ ਕਿ ਬੰਦਾ ਡਿਨਾਏ ਕਰ ਰਿਹਾ ਪੈਸੇ ਦੇਣ ਤੋਂ। ਉਹਨਾਂ ਨੇ ਕੀ ਕੀਤਾ, ਅਤੇ ਉਹਨਾਂ ਨੇ ਕੀ ਕੀਤਾ, ਪੈਸੇ ਮੈਨੂੰ ਰਿਲੀਜ਼ ਕਰਤੀ ਪੇਮੈਂਟ, ਜਿਹੜੀ ਪੇਮੈਂਟ ਮੇਰੀ ਬਣਦੀ ਸੀ। ਬਟ ਸਮਟਾਈਮ ਕੀ ਹੁੰਦਾ ਕਿ ਇੱਦਾਂ ਵੀ ਇਸ਼ੂ ਆ ਜਾਂਦਾ ਕਿ ਕਲਾਇੰਟ ਵੀ ਆਪਣੀ ਥਾਂ 'ਤੇ ਠੀਕ ਹੁੰਦਾ, ਅਤੇ ਅਸੀਂ ਵੀ ਆਪਣੀ ਥਾਂ 'ਤੇ ਠੀਕ ਹੁੰਦੇ ਹਾਂ। ਫਿਰ ਉੱਥੇ ਕੀ ਕਰਦਾ ਅਪਵਰਕ, ਅਪਵਰਕ ਕੀ ਕਰਦਾ, ਦੋਨੋਂ ਸਾਈਡਸ ਨੂੰ ਰਿਫੰਡ ਕਰ ਦਿੰਦਾ, ਕਿਉਂਕਿ ਉਹ ਚਾਰਜ ਵੀ ਤਾਂ 20% ਕਰਦਾ। ਅਪਵਰਕ ਦੇ ਜਿਹੜੇ ਚਾਰਜਿਸ ਨੇ ਨਾ, ਉਹ 20% ਸਟਾਰਟਿੰਗ ਦੇ ਲਈ ਨੇ, $500 ਤੱਕ, ਉਸ ਤੋਂ ਉੱਤੇ 10% ਉਹ ਡਿਟੈਕਟ ਕਰਦਾ ਅਪਵਰਕ ਦੇ ਉੱਤੇ। ਤੁਹਾਡਾ ਇੱਕ ਸਵਾਲ ਵੀ ਸੀ ਜਿਹੜਾ ਮੈਂ ਇੱਕ ਕਲੀਅਰ ਕਰਨਾ ਸੀ ਕਿ ਸਿੱਧਾ ਅਸੀਂ ਫ੍ਰੀਲੈਂਸਿੰਗ ਦੇ ਵਿੱਚ ਆਈਏ। ਕਈਆਂ ਦਾ, ਕਾਫੀ ਜਣਿਆਂ ਦਾ ਇਹ ਸਵਾਲ ਆਇਆ ਕਿ ਸਿੱਧਾ ਅਸੀਂ ਫ੍ਰੀਲੈਂਸਿੰਗ ਦੇ ਵਿੱਚ ਆ ਜਾਈਏ। ਦੇਖੋ, ਸਕਿੱਲ ਲੈਣ ਤੋਂ ਪਹਿਲਾਂ, ਜਿੱਦਾਂ ਤੁਸੀਂ ਸਕਿੱਲ ਲਏ, ਸਕਿੱਲ ਲੈਣ ਤੋਂ ਬਾਅਦ ਤੁਸੀਂ ਕਿਸੇ ਸੀਨੀਅਰ ਦੇ ਅੰਡਰ ਕੰਮ ਕਰਦੇ ਹੋ, ਉਹ ਬਹੁਤ ਘੱਟ ਇੱਦਾਂ ਦੇ ਬੰਦੇ ਹੁੰਦੇ ਕਿ ਜਿਨ੍ਹਾਂ ਦੀ ਪਰਫੈਕਸ਼ਨ ਸਕਿੱਲ ਲੈਣ ਦੇ ਦੌਰਾਨ ਹੀ ਹੋ ਜਾਂਦੀ, ਬਹੁਤ ਘੱਟ ਪਰਸੈਂਟੇਜ ਆ। ਪਰ ਅਦਰਵਾਈਜ਼ ਜ਼ਿਆਦਾਤਰ ਤੁਹਾਨੂੰ ਇਹੀ ਹੁੰਦਾ ਕਿ ਤੁਸੀਂ ਸਿੱਧਾ ਸਕਿੱਲ ਲਏ, ਸਕਿੱਲ ਲੈਣ ਤੋਂ ਬਾਅਦ ਸਿੱਧਾ ਕਿਸੇ ਸੀਨੀਅਰ ਦੇ ਅੰਡਰ ਕੰਮ ਕੀਤਾ, ਸੀਨੀਅਰ ਦੇ ਅੰਡਰ ਕੰਮ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਫ੍ਰੀਲਾਂਸਿੰਗ 'ਚ ਆਓ। ਜਿਹੜਾ ਡਾਇਰੈਕਟ ਫ੍ਰੀਲਾਂਸਿੰਗ ਜਾਂਦੇ ਕਿ ਕਲਾਇੰਟ ਹੈਂਡਲ ਨਹੀਂ ਹੁੰਦਾ, ਉੱਥੇ ਫੀਡਬੈਕ ਖਰਾਬ ਕਰਨ ਵਾਲੀ ਗੱਲ ਹੈ। ਸੋ ਮੈਂ ਬੈਸਟ ਤੁਹਾਨੂੰ ਇਹੀ ਰਿਕਮੈਂਡ ਕਰਾਂਗਾ ਕਿ ਇਹ ਪ੍ਰੋਸੈਸ ਦੇ ਥਰੂ ਚੱਲੋਗੇ ਤਾਂ ਸਕਸੈਸ ਜ਼ਰੂਰ ਮਿਲੇਗੀ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਅਪਵਰਕ ਔਰ ਇਹ ਚੀਜ਼ਾਂ ਦੇ ਉੱਤੇ ਸਾਰੀ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਜੇ ਤੁਹਾਡਾ ਕੋਈ ਕੁਐਸਚਨ ਹੋਇਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ।